ਫਿਰੋਜ਼ਪੁਰ ਦੇ ਪਿੰਡ ਜੰਡਵਾਲਾ ਦੇ ਵਿੱਚ ਅਸੀਂ ਪਹੁੰਚੇ ਹੈਗੇ ਹਾਂ। ਇੱਥੇ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਬਣੀ ਹੋਈ ਹੈ ਤਾਂ ਉਸ ਦੇ ਨਾਲ ਸਲੋਗਨ ਲਿਖ ਦਿੱਤਾ ਗਿਆ ਸੀਗਾ। ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹੈਗੇ ਹਾਂ, ਤਸਵੀਰ ਤੁਸੀਂ ਦੇਖ ਸਕਦੇ ਹੋ। ਜੰਡਵਾਲਾ ਪਿੰਡ ਦੇ ਬਾਹਰ ਜਿਹੜੀ ਸਟੈਚੂ ਲੱਗਾ ਹੋਇਆ ਸ਼ਹੀਦ ਭਗਤ ਸਿੰਘ ਜੀ ਦਾ, ਤਾਂ ਉਹਨਾਂ ਦੇ ਸਟੈਚੂ ਦੇ ਬਾਹਰ ਜਿਹੜੀ ਹੈ ਕੰਧ ਹੈਗੀ ਹੈ, ਕੰਧ ਦੇ ਉੱਪਰ ਸਲੋਗਨ ਲਿਖ ਦਿੱਤਾ ਗਿਆ ਸੀਗਾ ਖਾਲਿਸਤਾਨ ਜ਼ਿੰਦਾਬਾਦ ਦੇ, ਕਿ ਪੰਜਾਬ ਦਾ ਹੱਲ ਖਾਲਿਸਤਾਨ, ਇਹ ਨਾਰਾ ਜਿਹੜਾ ਲਿਖਿਆ ਗਿਆ ਹੈਗਾ ਸੀਗਾ। ਤਾਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਥੇ ਨਾਰਾ ਲਿਖਿਆ ਗਿਆ ਸੀਗਾ। ਤਾਂ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਇੱਥੇ ਮੌਕੇ 'ਤੇ ਪਹੁੰਚ ਕੇ, ਪਿੰਡ ਵਾਲਿਆਂ ਨੇ ਜਦੋਂ ਇਸ ਦੇ ਬਾਰੇ ਦੱਸਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੇ ਇੱਥੇ ਸਲੋਗਨ ਨੂੰ ਮਿਟਾਇਆ। ਤਾਂ ਤੁਸੀਂ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਜੀ ਦੀ ਇਹ ਸਟੈਚੂ ਹੈਗਾ, ਮੂਰਤੀ ਹੈਗੀ ਹੈ, ਤਾਂ ਇਹ ਪਿੰਡ ਦੇ ਵਿੱਚ ਲੱਗੀ ਹੋਈ ਹੈ, ਜੰਡਵਾਲਾ ਪਿੰਡ ਹੈਗਾ। ਸਾਡੇ ਨਾਲ ਪਿੰਡ ਦੇ ਸਰਪੰਚ ਵੀ ਮੌਜੂਦ ਹੈ, ਗੱਲਬਾਤ ਕਰਦੇ ਹੈਗੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੈਂ ਨਾਮ ਪ੍ਰਿਤਪਾਲ ਸਿੰਘ ਜੀ। ਇਹ ਕਦੋਂ ਪਤਾ ਲੱਗਿਆ ਜੀ? ਇਹ ਸਾਨੂੰ ਕਰੀਬ 8:30 ਦੇ ਵਿੱਚ ਜਾਂ 9:20 'ਤੇ ਸਾਨੂੰ ਪਤਾ ਲੱਗਾ, 9:20 'ਤੇ। 9:00? ਹਾਂਜੀ। ਤਾਂ ਜਦੋਂ ਪਤਾ ਲੱਗਾ ਕਿ ਫਿਰ ਤੁਸੀਂ ਅੱਗੇ ਕੀ ਕੀਤਾ ਜਦੋਂ ਪਤਾ ਲੱਗਿਆ ਇਸ ਦੇ ਬਾਰੇ? ਭਾਈ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ, ਕੁਛ ਉਹ ਰਾਤ ਨੂੰ ਮਾਰ ਕੇ ਚੱਕਰ ਮਟਿਆ, ਕੁਛ ਸਵੇਰੇ ਸੁਭਾ ਕੇ ਉਹਨਾਂ ਨੇ ਮਟੇਤਾ ਸਾਰਾ ਕੁਛ। ਤਾਂ ਆਏ ਸੀਗੇ ਪੁਲਿਸ ਦੇ ਅਧਿਕਾਰੀ, ਉਹ ਜਾਂਚ ਕਰ ਰਹੇ ਹੈਗੇ ਆ? ਹਾਂਜੀ, ਜਾਂਚ ਕਰ ਰਹੇ ਹੁਣ। ਤਾਂ ਇੱਥੇ CCTV ਕੈਮਰੇ ਨਹੀਂ ਲੱਗੇ ਹੋਏ? ਨਹੀਂ ਜੀ, ਇੱਥੇ ਕਿਤੇ ਨਹੀਂ ਕੋਈ ਕੈਮਰਾ, ਨਹੀਂ CCTV ਕੈਮਰਾ ਨਹੀਂ ਹੈਗਾ। ਨਹੀਂ ਜੀ। ਤਾਂ ਤੁਹਾਨੂੰ ਕੀ ਲੱਗਦਾ ਕਿ ਇੱਦਾਂ ਦੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ? ਸਾਡੇ ਸ਼ਹੀਦ ਹੈਗੇ ਨੇ। ਨਹੀਂ ਨਹੀਂ, ਆਪਣੇ ਸ਼ਹੀਦਾਂ ਨਾਲ ਕਿਸੇ ਨਾਮ ਨਹੀਂ ਹੋਣੀ ਚਾਹੀਦੀ ਇੱਦਾਂ ਦੀ ਚੀਜ਼, ਜਾਂ ਉਹਦੇ ਆਪਾਂ ਦੀਵਾਰ 'ਤੇ ਕੋਈ ਗਲਤ ਚੀਜ਼ ਲਿਖ ਕੇ ਚਲ ਗਏ, ਜੇ ਕੁਛ ਵੀ ਲਿਖ ਗਏ, ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਤਾਂ ਬਿਲਕੁਲ ਇਹਨਾਂ ਦਾ ਵੀ ਕਹਿਣਾ ਹੈਗਾ, ਸਾਡੇ ਨਾਲ ਯੂਥ ਵੀ ਮੌਜੂਦ ਨੇ, ਗੱਲਬਾਤ ਕਰਦੇ ਹੈਗੇ ਆ। ਕਦੋਂ ਇਸ ਬਾਰੇ ਪਤਾ ਲੱਗਾ ਕਿ ਤੁਹਾਨੂੰ ਪਤਾ ਲੱਗਾ ਕਿ ਕਿਸੇ ਨੇ ਕੀਤਾ? ਹਾਂਜੀ, 9:30 ਰਾਤ ਨੂੰ ਤਕਰੀਬਨ ਪਤਾ ਲੱਗ ਗਿਆ ਸੀਗਾ, ਅਤੇ ਉਦੋਂ ਪਤਾ ਲੱਗਿਆ ਵੀ ਲਿਖਿਆ ਪਿਆ, ਅਤੇ ਫਿਰ ਅਸੀਂ ਪ੍ਰਸ਼ਾਸਨ ਕੋਲ ਗਏ, ਪੁਲਿਸ ਚੌਂਕੀ ਮੌਤਕੀ ਪੈ ਜਾਂਦੀ, ਉੱਥੇ ਗਏ, ਉਹਨਾਂ ਨੇ ਆਏ, ਉਦੋਂ ਮੌਕਾ ਦੇਖਿਆ ਅਤੇ ਮਟਾ ਕੇ ਗਏ ਰਾਤ ਨੂੰ ਅਤੇ ਸੁਭਾਅ ਵੀ। ਤਾਂ ਬਿਲਕੁਲ ਇਹਨੂੰ ਸਲੋਗਨ ਨੂੰ ਮਟੇ ਦਿੱਤਾ ਗਿਆ ਹੋਇਆ, ਪਿੰਡ ਜੰਡਵਾਲਾ ਹੈਗਾ, ਜੰਡਵਾਲਾ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ। ਹਾਲਾਂਕਿ ਪਹਿਲਾਂ ਵੀ DRM ਜੇ ਅਸੀਂ ਗੱਲ ਕਰੀਏ, ਰੇਲਵੇ ਡਿਵੀਜ਼ਨ ਦੀ ਕੰਧ ਦੀ ਬੈਕ ਸਾਈਡ ਦੇ ਉੱਪਰ ਵੀ ਸਲੋਗਨ ਲਿਖ ਦਿੱਤੇ ਗਏ ਸੀਗੇ, ਉਸ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਦੇ ਵਿੱਚ ਆਈ, ਪੰਜਾਬ ਪੁਲਿਸ ਨੇ ਉੱਥੇ ਪਹੁੰਚ ਕੇ ਮੌਕੇ 'ਤੇ RPF ਜਦੋਂ ਪਹੁੰਚੀ ਸੀਗੀ ਤਾਂ ਉਹ ਸਲੋਗਨ ਨੂੰ ਮਿਟਾਏ ਸੀਗੇ। ਤਾਂ ਹੁਣ ਦੂਜੀ ਘਟਨਾ ਫਿਰੋਜ਼ਪੁਰ ਦੇ ਵਿੱਚ ਫਿਰ ਵਾਪਰੀ ਹੈ ਕਿ ਸ਼ਹੀਦ ਭਗਤ ਸਿੰਘ ਜੀ ਦੀ ਮੂਰਤੀ ਜੰਡਵਾਲਾ ਦੇ ਵਿੱਚ ਲੱਗੀ ਹੋਈ ਸੀਗੀ, ਤਾਂ ਮੂਰਤੀ ਦੇ ਨਾਲ ਹੀ ਕੰਧ ਦੇ ਉੱਪਰ ਸਲੋਗਨ ਲਿਖੇ ਗਏ ਸੀਗੇ, ਜਿਹਨੂੰ ਹੁਣ ਪੰਜਾਬ ਪੁਲਿਸ ਨੇ ਮਿਟਾ ਦਿੱਤਾ ਅਤੇ ਹੁਣ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਜਗਬਾਣੀ TV, ਫਿਰੋਜ਼ਪੁਰ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।